ਦੀ ਬਾਰਗਾਹ ਚ ਇੱਕ ਗੁਲਾਮ ਹਾਜ਼ਰ ਹੋਇਆ। ਅਰਜ਼ ਕਰਦਾ ਹੈ, ਯਾ ਰਸੂਲ ਅੱਲਾ, ਅਸੀਂ ਚੰਦ ਸਾਥੀ ਬੈਠ ਕੇ ਖਾਣਾ ਖਾ ਰਹੇ ਸੀ, ਬਰਤਨ ਇੱਕ ਸੀ। ਯਾਰ ਹੁਣ ਜੇ 10 ਮਿੰਟ ਤੁਸੀਂ ਮੈਨੂੰ ਕਿਹਾ ਹੋਣਾ ਤੇ ਫਿਰ ਤਵੱਜੋ ਮੇਰੇ ਵੱਲ ਕਰੋ। ਅਰਜ਼ ਕੀਤੀ, ਯਾ ਰਸੂਲ ਅੱਲਾ, ਅਸੀਂ ਖਾਣਾ ਇਕੱਠਿਆਂ ਬਹਿ ਕੇ ਖਾ ਰਹੇ ਸੀ, ਬਰਤਨ ਇੱਕ ਸੀ, ਖਾਣਾ ਖਾਂਦਿਆਂ ਖਾਂਦਿਆਂ ਬਰਕਤ ਬੜੀ ਜ਼ਿਆਦਾ ਸੀ, ਖਾਣੇ ਵਿੱਚ ਬਰਕਤ ਬੜੀ ਜ਼ਿਆਦਾ ਸੀ, ਲੇਕਿਨ ਇੱਕ ਬੰਦਾ ਸਾਡੇ ਵਿੱਚ ਸ਼ਾਮਲ ਹੋਇਆ ਖਾਣੇ ਦੇ ਦੌਰਾਨ, ਅਚਾਨਕ ਬਰਕਤ ਮੁੱਕ ਗਈ, ਖਾਣਾ ਜਲਦੀ ਨਾਲ ਖਤਮ ਹੋ ਗਿਆ। ਨਬੀਏ ਪਾਕ ਅਲੈਹਿ ਸਲਾਤੁ ਵਸਲਾਮ ਨੇ ਜਦੋਂ ਸੁਣਿਆ, ਹਜ਼ੂਰ ਨੇ ਫਰਮਾਇਆ, ਜਦੋਂ ਤੁਸੀਂ ਖਾਣਾ ਸ਼ੁਰੂ ਕੀਤਾ, ਤੁਸੀਂ ਬਿਸਮਿਲ੍ਲਾ ਪੜ੍ਹ ਕੇ ਸ਼ੁਰੂ ਕੀਤਾ ਸੀ ਤੇ ਖਾਣਾ ਖਾਂਦੇ ਰਹੇ, ਬਰਕਤ ਉਤਰਦੀ ਰਹੀ, ਬਰਕਤ ਉਤਰਦੀ ਰਹੀ। ਇੱਕ ਸ਼ਖਸ ਤੁਹਾਡੇ ਵਿੱਚ ਆਇਆ, ਉਹਨੇ ਬਿਸਮਿਲ੍ਲਾ ਤੋਂ ਬਗੈਰ ਖਾਣਾ ਸ਼ੁਰੂ ਕਰ ਦਿੱਤਾ, ਉਹਦੇ ਨਾਲ ਸ਼ੈਤਾਨ ਵੀ ਸ਼ਾਮਲ ਹੋ ਗਿਆ। ਲਹਿਜ਼ਾ ਤੁਹਾਡਾ ਖਾਣਾ ਸ਼ੈਤਾਨ ਨੇ ਖਾ ਲਿਆ, ਬਰਕਤ ਖਤਮ ਹੋ ਗਈ ਤੇ ਖਾਣਾ ਜਲਦੀ ਨਾਲ ਖਤਮ ਹੋ ਗਿਆ। ਤਵੱਜੋ ਮੇਰੇ ਵੱਲ ਕਰੋ, ਜਿਸ ਖਾਣੇ ਤੇ ਬਿਸਮਿਲ੍ਲਾ ਪੜੀ ਜਾਏ ਰੱਬ ਬਰਕਤ ਅਤਾ ਕਰਦਾ ਹੈ, ਜਿਸ ਖਾਣੇ ਦੇ ਉੱਤੇ ਚੰਦ ਸੂਰਤਾਂ ਪੜੀਆਂ ਜਾਣ ਰੱਬ ਉਹਦੇ ਵਾਸਤੇ ਜ਼ਿਆਦਾ ਸਵਾਬ ਅਤਾ ਕਰੇਗਾ। ਅਸੀਂ ਅਲਹਮਦੁਲਿਲਾ ਕੁਰਾਨ ਪੜਨ ਵਾਲੇ ਆ ਤੇ ਕੁਰਾਨ ਨੂੰ ਮੰਨਣ ਵਾਲੇ ਆ। ਮੈਨੂੰ ਸ਼ੱਕ ਆ ਤੁਸੀਂ ਮੈਨੂੰ ਗੱਡੀ 'ਚ ਬਿਠਾ ਕੇ ਤੇ ਮਦੀਨੇ ਲੈ ਕੇ ਜਾਓਗੇ। ਅੱਛਾ ਹੁਣ ਤਵੱਜੋ ਫਰਮਾਓ ਮੇਰੇ ਵੱਲ। ਹਜ਼ੂਰ ਗੌਸੇ ਪਾਕ ਦਾ ਜ਼ਮਾਨਾ,